ਹਾਂਜੀ ਸਤਿ ਸ਼੍ਰੀ ਅਕਾਲ ਜੀ। ਇਹ ਹੈਗਾ ਜੀ ਟੈਰਾਮਾਈਸਿਨ ਦਾ ਇੰਜੈਕਸ਼ਨ, ਯਾਨੀ ਕਿ ਹੁਣ ਤੱਕ ਆਪਾਂ ਵੀਡੀਓ 'ਚ ਦੱਸਿਆ ਸੀਗਾ ਭਰਾ ਮੇਰਾ। ਪਹਿਲੀ ਗੱਲ ਤਾਂ ਉਹ ਵੀ ਆਪਾਂ ਉਹ ਦਵਾਈ ਪਾਈ ਦੀ ਆ ਜਿਹਦਾ 110% ਰਿਜ਼ਲਟ ਹੋਵੇ। 16-17 ਦਾ ਮੈਂ ਵਰਤਦਾ, ਜਦੋਂ ਕਬੂਤਰ ਸੁੱਕ ਜਾਂਦੇ ਆ ਨਾ ਉਦੋਂ ਆਪਾਂ ਉਹਨਾਂ ਨੂੰ ਹੋਰ ਵੀ ਖੇਹ ਸੁਆਹ ਦੇਈ ਜਾਂਦੇ, ਹੋਇਆ ਉਹਨਾਂ ਨੂੰ ਬੁਖਾਰ ਹੁੰਦਾ ਵੀਰੇ, ਠੀਕ ਆ। ਅਤੇ 3 ਟੱਕ ਸ਼ੂਗਰ ਵਾਲੀ ਸਰਿੰਜ ਦੇ ਮੂਹਰਲੇ ਇਹ ਕਬੂਤਰ ਦੇ ਲਾ ਦਿੰਦੇ ਹਾਂ ਸਵੇਰੇ ਸ਼ਾਮ, 3-4 ਦਿਨ ਲਗਾਤਾਰ ਲਾ ਦਿਉ। ਮੈਂ ਉਦੋਂ ਵੀ ਕਿਹਾ ਸੀ ਜੀ, ਅਤੇ ਰੱਬ ਨੇ ਕਾਂਟਾ ਮਾਰਿਆ ਹੋਇਆ ਉਹ ਜਾਨਵਰ ਮਰੂਗਾ, ਅਦਰਵਾਈਜ਼ ਕੋਈ ਬੱਚਾ ਜਾਂ ਵੱਡਾ ਇਹਦੇ ਨਾਲ ਮਰਦੇ ਨਹੀਂ, ਲੋਡ ਹੋ ਜਾਂਦੇ ਹੌਲੀ ਹੌਲੀ ਖੁਰਾਕ ਪਾਉਣ ਨਾਲ ਮੁੜ ਕੇ ਉਹ ਭਰ ਜਾਂਦੇ ਆ। ਅਤੇ ਮੇਰੇ ਬਾਈ ਬਹੁਤ ਜਾਣੇ ਵੀਰਾਂ ਨੇ ਵੀਡੀਓ 'ਚ ਦੇਖ ਕੇ ਵਰਤੀ ਸੀ ਚੀਜ਼, ਅਤੇ ਬਹੁਤ ਫੋਨ ਆਏ, ਬਹੁਤ ਕਮੈਂਟ ਆਏ ਵੀ ਬਾਈ ਜੀ ਤੁਹਾਡਾ ਟੀਕਾ 110% ਵਰਕ ਕਰਦਾ। ਅਤੇ ਉਹ ਬੰਦੇ ਵੀ ਕਮੈਂਟ ਕਰ ਦਿਓ ਜਿਨ੍ਹਾਂ ਨੇ ਵਰਤਿਆ ਵਾ, ਠੀਕ ਆ ਬਈ। ਸੋਕੇ ਤੋਂ ਤਾਂ ਇੰਨਾ ਕੁ ਵਧੀਆ ਚੀਜ਼ ਆ ਇਹ, ਤੁਸੀਂ ਸੋਚ ਹੀ ਨਹੀਂ ਸਕਦੇ ਵੀ ਇੱਕ ਹਿਸਾਬ ਦਾ ਕਬੂਤਰਾਂ ਲਈ ਇਹ ਵਰਦਾਨ ਹੀ ਆ, ਠੀਕ ਆ। ਜਾਨਵਰਾਂ ਦਾ ਟੀਕਾ ਤਾਂ ਜਾਨਵਰ ਦੇ ਹੀ ਲੱਗ ਜਾਣਾ, ਠੀਕ ਆ ਜੀ। 110% ਰਿਜ਼ਲਟ ਆਪਾਂ ਉਹ ਚੀਜ਼ ਪਾਈ ਦੀ ਆ ਜਿਹਦਾ ਰਿਜ਼ਲਟ ਆਪ ਵੀ ਲਿਆ ਵਾ ਅਤੇ ਲੋਕਾਂ ਨੇ ਵੀ ਲਿਆ ਵਾ, ਠੀਕ ਆ ਭਰਾ। 1 ਨੰਬਰ ਚੀਜ਼ ਆ, ਇਹਨੂੰ ਵੱਧ ਤੋਂ ਵੱਧ ਵਰਤਿਓ। ਅਤੇ ਹਾਂ, ਜਿਹੜੇ ਕਬੂਤਰ ਸੁੱਕਣ ਲੱਗ ਜਾਂਦੇ ਆ ਵੀਰ ਮੇਰੇ, ਉਹਨਾਂ ਨੂੰ ਸਰੋਂ, ਛੋਲੇ, ਮੱਕੀ ਜਾਂ ਜੋ ਵੀ ਤੁਸੀਂ ਪਾਉਂਦੇ ਸਾਰਾ ਕੁਝ ਬੰਦ ਕਰ ਦਿਓ, ਸਿਰਫ ਕਣਕ ਪਾ ਦਿਓ। ਜੇ ਕਣਕ ਨਹੀਂ ਮਤਲਬ ਥੋੜ੍ਹਾ ਹੋਰ ਸਮਾਂ ਹੈਗਾ ਤੁਹਾਡੇ ਕੋਲ ਤਾਂ ਰੋਟੀ ਰਾਟੀ ਕੁੱਟ ਕੇ ਪਾ ਦਿਓ, ਉਹਦੇ ਨਾਲ ਇਹ ਹੁੰਦਾ ਵੀ 5-7 ਦਿਨ ਹਲਕੀ ਚੀਜ਼ ਪੈਣ ਨਾਲ ਕਬੂਤਰ ਰਿਕਵਰ ਛੇਤੀ ਹੋ ਜਾਂਦਾ, ਠੀਕ ਆ ਭਰਾ। ਸਤਿ ਸ਼੍ਰੀ ਅਕਾਲ ਜੀ।